ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਗੈਂਟ ਹੋਵੋਗੇ ਅਤੇ ਅੱਜ ਹੈਗਾ ਆਪਣਾ ਐਨਵਰਸਰੀ ਦੀਆਂ ਤਿਆਰੀਆਂ ਜਿਹਦੇ ਵਿੱਚ ਮੇਰੀ ਕੋਈ ਹਿੱਸੇਦਾਰੀ ਨਹੀਂ ਹੈਗੀ। ਫੁੱਡ ਨੇ ਕਰਨੀ ਹੈ, ਮੰਮਾ ਨੇ ਕਰਨੀ ਹੈ, ਪਾਪਾ ਨੇ ਕਰਨੀ ਹੈ ਅਤੇ ਨਾਲ ਸਾਡੇ ਫੈਮਿਲੀ ਦੇ ਮੈਂਬਰ ਖਾਸ ਆ ਰਹੇ ਨੇ। ਪਹਿਲਾਂ ਮੈਂ ਉਹਨਾਂ ਨੂੰ ਪਿੱਕ ਕਰਨ ਜਾ ਰਿਹਾ, ਬਾਕੀ ਗੱਲਾਂ ਫਿਰ ਕਰਦੇ ਕਿਉਂਕਿ ਮੈਂ ਆਲਰੇਡੀ ਕਾਫੀ ਜ਼ਿਆਦਾ ਲੇਟ ਹੋ ਗਿਆ। ਅੱਜ ਦਾ ਚੌਥਾ ਪਾਰਸਲ ਆਇਆ ਹੈ। ਰੁਕ ਜਾ ਯਾਰ, ਕੀ ਹੈ ਨਾਮ, ਕੀ ਹੈ ਆਇਆ ਕਿੱਥੋਂ ਆ, ਕੋਈ ਨਾਮ ਨੂੰ ਨਹੀਂ ਲਿਖਿਆ। ਪਹਿਲਾਂ ਇਹਨੂੰ ਸੈਨੇਟਾਈਜ਼ ਕਰਕੇ ਰੱਖ ਦਿਓ, ਬਾਅਦ 'ਚ ਬਾਕੀ ਗੱਲਾਂ ਪਤਾ। ਅੱਜ ਆਪਾਂ ਨੂੰ ਜੁਆਇਨ ਕੀਤਾ ਆ ਮਾਧਵ ਜੀ ਨੇ। ਇਹ ਮਾਧਵ ਅੰਮ੍ਰਿਤਸਰ ਤੋਂ ਨੇ, ਰੈੱਡ ਰਿਬਨ ਇਹਨਾਂ ਦੀ ਮਤਲਬ ਡੈਕੋਰੇਸ਼ਨ ਕਰਦੇ ਨੇ। ਸੋ ਅੱਜ ਇਹਨਾਂ ਨੇ ਡੈਕੋਰੇਟ ਕਰਨਾ ਹੈ ਆਪਣਾ ਡਰਾਇੰਗ ਰੂਮ। ਫਾਈਨਲ ਲੁੱਕ ਆਪਾਂ ਤੁਹਾਨੂੰ ਬਾਅਦ 'ਚੋਂ ਦਿਖਾਵਾਂਗੇ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸ ਦਿਓ। ਵੀ ਆਰ ਫਰੋਮ ਅੰਮ੍ਰਿਤਸਰ ਐਂਡ ਅਸੀਂ ਇਵੈਂਟਸ ਕਰੀਦੇ ਆ ਫੋਰ ਬਰਥਡੇਜ਼, ਐਨੀਵਰਸਰੀਜ਼ ਐਂਡ ਅਦਰ ਇਵੈਂਟਸ, ਐਵਰੀਥਿੰਗ ਅਤੇ ਪਾਰਟੀ ਡੈਕੋਰਸ, ਕੇਟਰਿੰਗਸ, ਐਵਰੀਥਿੰਗ। ਓਕੇ, ਸੋ ਇਹਨਾਂ ਨੂੰ ਮੈਂ ਮਿਲੀ ਸੀਗੀ ਜਦੋਂ ਮੈਂ ਨੇਲਸ ਕਰਵਾਉਣ ਗਈ ਸੀ ਉੱਥੇ। ਸੋ ਮੈਨੂੰ ਇਹਨਾਂ ਦਾ ਪੇਜ 'ਤੇ ਮੈਂ ਇਹਨਾਂ ਦਾ ਜਾ ਕੇ ਵਿਜ਼ਿਟ ਕੀਤਾ, ਬਹੁਤ ਸੋਹਣਾ ਲੱਗਾ। ਸੋ ਇਹਨਾਂ ਦੀ ਫਾਈਨਲ ਲੁੱਕ ਆਪਾਂ ਤੁਹਾਨੂੰ ਜਲਦੀ ਦਿਖਾਉਂਦੇ ਹਾਂ। ਪਹਿਲਾਂ ਇਹਨਾਂ ਨੂੰ ਮੈਂ ਚਾਹ ਪਾਣੀ ਪਿਲਾ ਦਾਂ। ਰੁਕਦੇ ਜਾਓ, ਰੰਦੇ ਆ ਰੂਮ ਵਿੱਚ ਪਲੈਨਿੰਗ ਕਰ ਰਹੀ ਹਾਂ ਅਲੀ। ਇਸ ਲਈ ਇਹਨੂੰ ਮੈਂ ਆਪਣੇ ਉੱਥੇ ਕਮਰੇ 'ਚ, ਮੈਂ ਉੱਧਰ ਨਹੀਂ ਆਉਂਗਾ, ਮੈਨੂੰ ਬਾਹਰ ਤੇ ਆ ਲੈਂਦੋ। ਸ਼ਰਟ ਮੈਂ ਟ੍ਰੈਕਰ ਲੱਗਾ ਹੁਣ ਕੱਲ ਵਾਸਤੇ ਜਿਹੜੀ ਆ, ਤੇ ਮੈਨੂੰ ਇੱਧਰ ਇਸ ਰੂਮ ਵਿੱਚ ਲੌਕ ਕਰਤਾ ਗਿਆ। ਹੁਣ ਮੈਂ ਮੰਮਾ ਦੀ ਫੀਲਿੰਗ ਸਮਝ ਪਾ ਰਿਹਾ ਕਿ ਉਸ ਕਦਰ ਮੰਮਾ ਨੂੰ ਕੀ, ਮੈਂ ਕਿਹਾ ਉਦਣ ਵੀ ਤੁਹਾਨੂੰ ਕੀ ਫੀਲ ਹੋਇਆ, ਮੈਂ ਹੁਣ ਸਮਝ ਪਾ ਰਿਹਾ ਜਦੋਂ ਰੂਮ 'ਚ ਬੰਦ ਕਰਤਾ। ਜੈਸੀ ਕਰਨੀ ਵੈਸੀ ਭਰਨੀ, ਵੈਸੀ ਭਰਨੀ, ਚਲੋ ਕੋਈ ਨਹੀਂ ਦੇਖਦੇ ਹਾਂ। ਅਤੇ ਬਟ ਸਭ ਤੋਂ ਜਿਹੜੀ ਚੀਜ਼ ਹੈ ਕਿ ਤੁਹਾਡੇ ਨੂੰ ਵੀ ਇਸ ਚੀਜ਼ ਦਾ ਪਤਾ ਕਿ ਉਹ ਕੀ ਪਲਾਨ ਹੋ ਰਿਹਾ, ਇਸ ਵਾਰੀ ਮੈਨੂੰ ਨਹੀਂ ਪਤਾ। ਫਿਲਹਾਲ ਮੈਂ ਸ਼ਰਟ ਟਰਾਈ ਕਰਨ ਲੱਗਾ, ਵਧੀਆ ਗੱਲ ਹੈ ਸਰਪ੍ਰਾਈਜ਼ ਪਲਾਨ। ਓਏ ਹੌਲੀ ਬੋਲੋ, ਮੈਨੂੰ ਸਭ ਕੁਝ ਸੁਣਨ ਦਿਆ ਵਾ। ਸੋਫਿਆਂ 'ਚ ਤਾਂ ਮੋਹਰੇ ਨਹੀਂ ਨਾ ਕਰੀ ਜਾਂਦੇ, ਮੈਂ ਸੋਫਿਆਂ 'ਚ ਨਹੀਂ ਮੋਹਰੇ ਕਰਾਈ ਜਾਂਦੇ। ਚੱਲ ਨਹੀਂ ਜਾਂਦਾ ਮੈਂ। ਅੱਜ ਦੀਦੀ ਅਤੇ ਮੰਮਾ ਜਾਣੇ ਦੋਵੇਂ ਬਾਜ਼ਾਰ ਗਏ ਅਤੇ ਬਾਜ਼ਾਰ ਪੂਰਾ ਇੱਥੇ ਹੀ ਲਿਆਂਦਾ ਫਿਰ ਅੱਜ ਇਹਨਾਂ ਨੇ। ਮੰਮਾ ਸੂਟ ਲੈ ਕੇ ਅੱਜ, ਬੰਦ ਹੋ ਗਈ ਮਿਕਸੀ ਉੱਧਰ ਪਾਣੀ, ਕਿਹੜੇ ਜੂਸ ਬਣਾਓ, ਜੂਸ ਵਾਲੀ ਉੱਥੇ ਕੈਫੇ ਤਾਂ ਨਹੀਂ ਲਾਉਂਦੇ, ਜੂਸ ਕੈਫੇ। ਇਹ ਚੰਨ ਦੇ ਸੂਟ ਦਾ ਦੁਪੱਟਾ ਆ ਜਿਹੜਾ ਇਹਨੇ ਐਨਵਰਸਰੀ 'ਤੇ ਪਾਉਣਾ। ਹਾਂ ਅਤੇ ਆਹ ਲੈ ਆਉਂਦੇ ਵੀ ਸੋਹਣੇ ਕਲਰ ਆ। ਮੈਂ ਥੋੜ੍ਹੀ ਕੁਛ ਕਹਿੰਦਾ, ਮੈਂ ਤਾਂ ਸਾਊ ਹੀ ਬੜਾ ਹਾਂ, ਮੈਨੂੰ ਜੋ ਮਰਜ਼ੀ ਗਿਫਟ ਕਰ ਦਿਆ ਕਰੋ, ਮੈਂ ਤਾਂ ਗਾਊ ਬੰਦਾ ਹੈ। ਅੱਜ ਰੋਟੀ ਰਾਤ ਦੀ ਕਮਾਂਡ ਸੰਭਾਲੀ ਆ ਮੰਮਾ ਨੇ, ਠੀਕ ਹੈ। ਓ ਬੈਠੀ ਮਹਿੰਦੀ ਲਾ ਕੇ, ਕਿਹਨੂੰ ਲਵਾਈ ਮਹਿੰਦੀ, ਤੁਸੀਂ ਕਿਹਨੂੰ ਲਵਾਈ ਮਹਿੰਦੀ, ਥੋੜ੍ਹੀ ਬਹੁਤੀ ਲਵਾ ਲੈਣੀ ਚਾਹੀਦੀ। ਨਹੀਂ ਮੈਂ ਆਪਣੇ ਵਿਆਹ ਵਾਲੇ ਦਿਨ ਦੀ ਲਾਈ। ਉਸ ਤੋਂ ਬਾਅਦ ਕਦੇ ਨਹੀਂ ਲਾਈ, ਜਦੋਂ ਤੇਰਾ ਵਿਆਹ ਹੋਇਆ ਤਾਂ ਟਿੱਕਾ ਲਾਇਆ ਬਸ। ਹਾਂ ਉਦੋਂ ਮੈਨੂੰ ਪਤਾ ਕਿੱਦਾਂ ਲੱਗੀ ਮਹਿੰਦੀ। ਜਿਹਨਾਂ ਨੇ ਨਹੀਂ ਵਲੌਗ ਦੇਖਿਆ, ਸਾਡੀ ਮਹਿੰਦੀ ਵਾਲਾ ਵਲੌਗ ਦੇਖਿਓ, ਇੰਨੀ ਹਾਸੇ ਵਾਲੀ ਮਹਿੰਦੀ ਲੱਗੀ ਨਾ ਉਦੋਂ। ਇਹ ਆ ਥੋੜਾ ਛੋਟਾ ਵਾਲਾ ਦੁਬਾਰਾ ਟੇਕ ਲੈਣੇ, ਰੁਕ ਜੋ ਗਾਈਸ, ਇੱਕ ਵਧੀਆ ਜਿਹਾ ਸ਼ਾਟ ਦੁਬਾਰਾ ਲੈਂਦੇ ਆ। ਲੈ ਬੁੱਢਿਆ ਵਿਆਹ ਵਾਲੇ ਇੱਦਾਂ ਹੁੰਦੇ ਨਾ। ਅੱਛਾ ਮੈਨੂੰ ਦੀਦੀ ਥੋੜੇ ਚਿਰ ਪਤਾ, ਪਹਿਲਾਂ ਕਹਿੰਦੀ ਇਹ ਨਾ ਮੇਰੇ ਕੋਲ ਥੋੜੇ ਚਿਰ ਬਾਅਦ ਆਈ, ਮੈਂ ਤੇਰੇ ਨਾਲ ਸਰਪ੍ਰਾਈਜ਼ ਡਿਸਕਸ ਕਰਨਾ। ਮੈਂ ਕਿਹਾ ਤੂੰ ਸਰਪ੍ਰਾਈਜ਼ ਡਿਸਕਸ ਕਰਨਾ ਮੈਨੂੰ। ਪਰ ਰੋਜ਼ ਰਾਤੀ ਇਸ ਵੇਲੇ ਮਹਿਫਿਲ ਲਾਉਂਦੇ ਹਾਂ ਸੌਣ ਤੋਂ ਪਹਿਲਾਂ, ਅਤੇ ਉਹਦੇ ਵਿੱਚ ਮੰਮਾ ਪਾਪਾ ਕੋਲ ਪਿਆਰੇ ਪਿਆਰੇ ਕਿੱਸੇ ਸੁਣੀਦੇ ਆ, ਅਤੇ ਅੱਜ ਨਾਲ ਸਾਨੂੰ ਜੁਆਇਨ ਕੀਤਾ ਹੈ ਦੀਦੀ ਨੇ, ਤਾਲੀ। ਓਕੇ, ਕਿਆ ਇੰਟਰੋ ਸੀ, ਚੁੱਪ ਚੁੱਪ ਹੈ, ਇੱਕ ਤੇ ਮੂਡ ਨਹੀਂ, ਇਹਦਾ ਮੂਡ ਵਧੀਆ, ਇਹਦਾ ਨਾ ਮਸੂੜਾ ਫੁੱਲ ਗਿਆ ਵਿਚਾਰੀ, ਫੁੱਡ ਹੱਸਣ ਦੀ ਕੋਸ਼ਿਸ਼ ਕਰ ਰਿਹਾ ਬੰਨਾ ਦਾ ਮਸੂੜਾ। ਬਾਰਾਂ ਵਜਣ ਵਾਲੇ ਬਸ ਉਹਦੀ ਵੇਟ ਹੁੰਦੀ ਆ। ਯਾਓ ਤਨ ਵਰਗੀ ਪਰਜਾਈ ਮੇਰਾ
ਮੇਰਾ ਥੱਲੇ ਪਾਹੀ ਥੋੜਾ ਪਾਇਆ ਮੈਨੂੰ ਦੇਵ ਵਧਾਈਆਂ ਮੇਰਾ ਵੀਰ ਮੇਰਾ बीट होगी तू ओके बहुत सोहनी हुण इहनू मॉडर्न कर दे थोड़ा जिहा अज कल दे स्टाइल दे नाल चल तू बोल ओ माय ब्रदर या माय ब्रो एक मिनट हाथी के हाथी ओ तेरी आही चली जानी मतलब सारी रात आही चली जानी है चलो अगली ਗੁਰਦੁਆਰਾ ਸਾਹਿਬ ਦੇ ਲੱਗ ਗਿਆ ਪਾਪਾ ਪਤਾ ਨੀ ਕਿੱਥੇ ਰਹਿ ਗਏ ਤੇ ਲਾਡੀ ਦੇ ਪਾਪਾ ਨੂੰ ਫੋਨ ਕੀਤਾ ਪਾਪਾ ਕਹਿੰਦੇ ਮੈਂ ਪੋਲੂਸ਼ਨ ਕਾਰਡ ਬਣਾਉਣਾ ਵੇ ਸੋ ਹੁਣ ਵਾਰੀ ਆ ਗਈ ਆ ਸੈਲਫ ਮੇਡ ਓ ਯਾ ਤੂੰ ਲੈ ਲਿਆ ਅੱਛਾ ਇਹਨੇ ਦੀਦੀ ਨੇ ਅਸਲ ਚ ਸਿਰ ਨੂੰ ਤੇਲ ਲਾਇਆ ਤੇ ਪਿੱਛੇ ਕੇ ਤੇਲ ਲੱਗ ਨਾ ਜਾਏ ਬੈੱਡ ਨੂੰ ਇਸ ਕਰਕੇ ਨੂੰ ਚਾਦਰ ਦੇ ਦਿੱਤੀ ਦੀਦੀ ਕਹਿੰਦੀ ਮੈਂ ਤੁਹਾਡੀ ਚਾਦਰ ਨਾ ਪੁੱਠੀ ਕਰਕੇ ਲੈ ਲੈਣੀ ਕਦੇ ਤੁਹਾਡੀ ਚਾਦਰ ਖਰਾਬ ਨਾ ਹੋਏ ਮੰਮਾ ਕਹਿੰਦੇ ਕੋਈ ਗੱਲ ਨਹੀਂ ਆਪਾਂ ਇੱਥੇ ਕਣਕ ਹੀ ਧੋ ਕੇ ਪਾਉਂਦੇ ਹਾਂ ਤੇਰਾ ਸੁਰ ਵਿਗੜਿਆ ਪੱਗ ਸਜਾਉਂਦਾ ਮੈਨੂੰ ਲੈ ਜਾਵੇ ਨਾ ਨਾਲ ਮਾਏ ਮੇਰੀਏ ਮੇਰਾ ਤੇ ਮੰਦੜਾ ਨਾਲ ਮਾਏ ਮੇਰੀਏ ਮੇਰਾ ਤੇ ਮੰਦੜਾ ਕਾਫੀ ਇਮੋਸ਼ਨਲ ਹੈ 25 ਰੁਪਿਆਂ ਦੀ ਜੁੱਤੀ ਚੱਕ ਕੇ ਦਿਖਾਵਾਂਗੇ ਮਿਰ ਗਿਆ ਪਰਦੇਸ ਬਾਬੋ ਰੱਖ ਕੇ ਦਿਖਾਵਾਂਗੇ ਜਿਹਨਾਂ ਦੇ ਬਾਹਰ ਭਰਾ ਭੈਣ ਵੱਸਦੇ ਨੇ ਉਹਨਾਂ ਲਈ ਇਹ ਪਿਆਰੀ ਜੀ ਬੋਲੀ ਸ਼ਾਇਰੀ ਕਹਿਣ ਲੱਗਾ ਬੋਲੀ ਖੁਸ਼ ਰਹੋ ਜਿਉਂ ਦੇ ਵੱਸਦੇ ਰਹੋ ਇੱਕ ਪਰਜਾਈ ਮੇਰੀ ਦੁੱਧ ਰਿੜ ਕੇ ਮੰਗਾਂ ਨੂੰ ਥੋੜੀ ਉੱਚੀ ਬੋਲਣਾ ਵਾ ਇੱਕ ਪਰਜਾਈ ਥੋੜਾ ਹੋਰ ਉੱਚੀ ਬੋਲ ਪਰਜਾਈ ਮੇਰੀ ਦੁੱਧ ਓਹੋ ਆਫ ਬੀਟ ਚਲਾ ਗਿਆ ओके सॉरी 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 चल बोलिया एक परजाई मेरी दूध वर्गी एक परजाई मेरी ताली मारो ताली एवरीबॉडी ताली ताली रुकनी चाहिए गाइस जे तुम व्लॉग देखन दे भी नाल ताली बजनी चाहिए नाल ताली नहीं रुकनी चाहिए आज लास्ट कवर ਮੀਟਰ ਬਹੁਤ ਖਰਾਬ ਹੁੰਦਾ ਤੇਰੀ ਬੋਲੀ ਦਾ ਮੀਟਰ ਅੱਛਾ ਅੱਗੇ ਮੁਕਾਈ ਵੀ ਹੁੰਦੀ ਹੈ ਕਿੱਥੇ ਮੁੱਕ ਜਾਂਦੀ ਹੈ ਦੋਨੋਂ ਕੰਮ ਲੱਗੀਆਂ ਉਹਨੂੰ ਕੰਮੇ ਲੱਗੀ ਰਹਿਣ ਦੋ ਜੀ ਦੋਵਾਂ ਦੀਆਂ ਸੱਸਾਂ ਬਹੁਤ ਬਹੁਤ ਪਿਆਰ ਕਰਦੀਆਂ ਕਿਉਂਕਿ ਕਹਿੰਦੇ ਜੇ ਮਹਿੰਦੀ ਦਾ ਰੰਗ ਚੜੇ ਇਹਦਾ ਮਤਲਬ ਸੱਸਾਂ ਬਹੁਤ ਪਿਆਰ ਕਰਦੀਆਂ ਮੇਰੀ ਸੱਸ ਤੇ ਬਹੁਤ ਪਿਆਰ ਕਰਦੀ ਚਲੋ
ਇੱਕ ਪਰਜਾਈ ਤੇਰੀ ਬਣੇ ਇੱਕ ਪਰਜ ਕਿਰਪਾ ਬਣੇ ਰਹੇ ਸਾਡੇ ਨਾਲ ਇਹ ਬੋਲੀ ਅੱਜ ਪੂਰੀ ਹੋ ਹੀ ਜਾਏਗੀ ਇੱਕ ਪਰਜਾਈ ਮੇਰੀ ਦਦਰ ਕੇ ਵੰਗਾਂ ਨੂੰ ਛਿੰਡਾਵੇ ਛਨ ਛਨ ਯਾਰ ਸਹੀ ਆ ਚਲੋ ਮਿਊਜ਼ਿਕ ਡਾਇਰੈਕਟਰ ਆ ਯਾਰ ਮੈਂ ਵੰਗਾਂ ਨੂੰ ਛਿੰਡਾਵੇ ਛਨ ਛਨ ਪਰਜਾਈ ਮੇਰੀ ਚਰਖੇ ਨੂੰ ਦੰਦ ਪਾਵੇ ਚੀ ਚੀ ਆ ਜਾ ਨੱਚ ਪਰਜਾਈ ਨੀ ਤੇਰੀ ਨੰਦ ਬੋਲੀਆਂ ਪਾਵੇ ਸ਼ੁਕਰ ਆ ਪੂਰੀ ਹੋਈ ਬਹੁਤ ਮਾਈ ਸਕਰੇ ਨਜ਼ਰ ਲਾਈਏ ਬਾਪ ਦਾ ਜਵਾਈ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਬੇਰੀ ਇੱਧਰ ਕਣਕਾਂ ਉੱਧਰ ਇਹ ਤੁਸੀਂ ਸਾਰੇ ਕਰ ਰਹੇ ਹੋ ਯਾਰ ਐ ਨਾ ਕਰੋ ਹਾਂ ਇੱਧਰ ਕਣਕਾਂ ਉੱਧਰ ਕਣਕਾਂ ਚਾਹ ਤਾਂ ਬੋਲੀ ਇੱਧਰ ਕਣਕਾਂ ਚਲੋ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਬੇਰੀ ਬੋਰੀ ਕਣਕਾਂ ਵਿੱਚ ਕਣਕਾਂ ਦੇ ਬੇਰੀ ਬੇਰੀ ਸੂਟ ਸਵਾ ਦੇ ਵੀਰਿਆ ਚੰਗਾ ਫਿਰ ਮਿਲਦੇ ਹਾਂ ਅਗਲੇ ਵਲੌਗ 'ਚ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਘਾ ਮੈਨੂੰ ਭੁੱਖ ਲੱਗੀ ਪੋਡੂਆ ਕੁਛ ਖਵਾ ਮੈਂ ਜ਼ਿਆਦਾਤਰ ਵਲੌਗ 'ਚ ਮੈਂ ਦੇਖਿਆ ਮੈਂ ਇਹੀ ਕਹਿਣਾ ਪੋਡੇ ਕੀ ਖਵਾਉਣ ਲੱਗਾ ਸੋਹਣਾ ਜਿਹਾ ਮੇਰਾ ਵੀਰ ਵੀਰ ਨੀ ਕੁੜੀਓ ਨਜ਼ਰ ਲੱਗਣ ਤੋਂ ਡਰਦੀ ਆਹਾ ਵਾਹ 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 ਸ਼ਾਇਰੀ ਸ਼ੁਰੂ ਹੋ ਗਈ ਬੋਲੀਆਂ ਤੋਂ ਸ਼ਾਇਰੀ ਚੱਲ ਗਏ ਆਪਾਂ ਸਾਡੀ ਗਲੀ ਲੰਘ ਮਾਇਆ ਦੁੱਖ ਟੁੱਟਣ ਬਿਮਾਰਾਂ ਦੇ ਇਸ ਤੋਂ ਵਧੀਆ ਵਲੌਗ ਦੀ ਐਂਡਿੰਗ ਨਹੀਂ ਹੋ ਸਕਦੀ ਬਸ ਥੋੜ੍ਹਾ ਚਿਰ ਰਹਿ ਗਿਆ ਅੱਜ ਦਾ ਵਲੌਗ ਇੱਥੇ ਖਤਮ ਕਰਨੇ ਆ ਤੇ ਉਮੀਦ ਕਰਦੇ ਤੁਹਾਨੂੰ ਵਲੌਗ ਬਹੁਤ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਾ ਤੇ ਤੁਸੀਂ ਵੀ ਫਨੀ ਫਨੀ ਜਿਹੜੀਆਂ ਨਹੀਂ ਫਨੀ ਬੋਲੀਜ਼ ਤੁਸੀਂ ਵੀ ਕਮੈਂਟ ਸੈਕਸ਼ਨ 'ਚ ਤੇ ਨਾਲ ਆਪਣੀ ਪਿਆਰੀ ਪਿਆਰੀ ਵਿਸ਼ਿਸ ਦੇਣਾ ਨਾ ਭੁੱਲਿਓ ਤੇ ਮਿਲਦੇ ਹਾਂ ਜੀ ਅਗਲੇ ਵਲੌਗ 'ਚ ਬਾਏ ਬਾਏ ਆਹ ਵਾਲਾ ਵਲੌਗ ਇੱਥੇ ਨਹੀਂ ਖਤਮ ਕਰਾਂਗੇ ਇਹ ਆਪਾਂ ਪੂਰੀ ਪੂਰੇ ਵਿਸ਼ ਕਰਨ ਤੋਂ ਬਾਅਦ ਹੀ ਖਤਮ ਕਰਾਂਗੇ ਵਲੌਗ ਕਿਉਂਕਿ ਤੁਸੀਂ ਵੀ ਸਾਰੇ ਬਹੁਤ ਜ਼ਿਆਦਾ ਐਕਸਾਈਟਿਡ ਹੋਵੋਗੇ 10 9 8 7 6 ਹੋ ਜੂਗਾ ਕਿਆ 5 4 3 2 1 1 1 ਨਹੀਂ ਹੋਇਆ ਥੈਂਕ ਯੂ ਅੰਮਾ ਜੀ ਪਾਪਾ ਜੀ ਦੀਦੀ ਜੀ ਚੱਲ ਯਾਰ ਮੈਂ ਵੀ ਤੇਰੇ ਪੈਰ ਛੂ ਲਿਆ ਮੈਂ ਵੀ ਤੇਰੇ ਪੈਰ ਛੂ ਲਿਆ ਜੱਕ ਤੂੰ ਵੀ ਯਾਦ ਕਰੇ ਰੱਬ ਕਰੇ ਤੁਹਾਡੀ ਜੋੜੀ ਹਮੇਸ਼ਾ 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 ਖੁਸ਼ ਰਹੋ ਦਿਨ ਹੁੰਦਾ ਜੇ ਇੱਕ ਮਾਂ ਪਿਓ ਉਸ ਦਿਨ ਨੂੰ ਉਡੀਕ ਕਰਦਾ ਹੈ ਤੇ ਇੱਕ ਭੈਣ ਵੀ ਉਸ ਦਿਨ ਦਾ ਉਡੀਕ ਕਰਦੀ ਹੈ ਸੋ ਅੱਜ ਇਹਨਾਂ ਨੂੰ ਬਹੁਤ 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 ਜ਼ਿਆਦਾ ਵਧਾਈਆਂ ਹੋਣ ਸਿਰਫ ਮੰਮਾ ਪਾਪਾ ਦੇ ਲਈ ਨੀ ਬਲਕਿ ਇੱਕ ਭੈਣ ਦੇ ਲਈ ਵੀ ਬੜਾ ਖਾਸ ਦਿਨ ਹੁੰਦਾ ਹੈ ਕਿਉਂਕਿ ਉਹ ਛੋਟੇ ਹੁੰਦੇ ਤੋਂ ਹੀ ਜਦੋਂ ਤੋਂ ਉਹਨੂੰ ਸਮਝ ਹੁੰਦੀ ਹੈ ਮੈਂ ਆਪਣੀ ਗੱਲ ਕਰਦੀ ਹਾਂ ਜਦੋਂ ਤੋਂ ਮੈਨੂੰ ਇਹ ਸਮਝ ਆਈ ਹੈ ਮੈਂ ਉਦੋਂ ਤੋਂ ਸਪਨਾ ਦੇਖਿਆ ਕਿ ਮੈਂ ਆਪਣੇ ਵੀਰ ਦਾ ਸਿਹਰਾ ਲੈ ਕੇ ਆਵਾਂ ਉਹਨੂੰ ਉਸ ਮਤਲਬ ਦੇਖਾਂ ਸੋ ਉਹ ਮੇਰਾ ਸੁਪਨਾ ਪੂਰਾ ਹੋਇਆ ਜੇ ਮੈਂ ਛੋਟੀ ਹੁੰਦੀ ਸੀ ਤੇ ਮੈਂ ਨਾ ਇਕੱਲੀ ਖੇਡਦੀ ਤੇ ਮੈਂ ਮੰਮਾ ਨੂੰ ਨਾ ਇੱਦਾਂ ਹੀ ਕਿਹਾ ਕਿ ਮੰਮਾ ਮੈਂ ਨਾ ਮੈਂ ਦੂਸਰਿਆਂ ਨੂੰ ਵੇਖਦੀ ਤੇ ਮੈਂ ਮੰਮਾ ਨੂੰ ਕਿਹਾ ਮੰਮਾ ਮੈਨੂੰ ਵੀ ਕੋਈ ਖੇਡਣ ਵਾਲਾ ਚਾਹੀਦਾ ਮੈਂ ਕਿਹਦੇ ਨਾਲ ਖੇਡਾਂ ਤੇ ਮੰਮਾ ਨੇ ਕਿਹਾ ਕਿ ਤੁਸੀਂ ਤੂੰ ਨਾ ਬਾਬੇ ਜੀ ਅੱਗੇ ਅਰਦਾਸ ਕਰ ਕਿ ਮੈਨੂੰ ਵੀ ਕੋਈ ਖੇਡਣ ਤੇ ਉਸ ਟਾਈਮ ਬਾਬਾ ਜੀ ਨੇ ਮੇਰੀ ਅਰਦਾਸ ਸੁਣ ਲਈ ਤੇ ਮੇਰੀ ਝੋਲੀ 'ਚ ਇੱਕ ਸੋਹਣਾ ਜਿਹਾ ਵੀਰ ਪਾ ਦਿੱਤਾ ਅਸੀਂ ਮਤਲਬ ਬਚਪਨ 'ਚ
फिर उस तो बाद मेन ऐसा लग्या कि हां इस घर च भी कोई ऐसा जहा आना चाहिदा है कोई ऐसा जहा आना चाहिदा जेड़ा कि मतलब इस घर नू खुशियां नाल भर दे मम्मा पापा दा दिल लगे मनदीप दा दिल लगे दिल लुट लिया मेरा अज होर दस तेनू की चाहिदा मेरे को तो थैंक यू सो मच अज्ज दा प्यारा जिहा व्लॉग देखण लई सबसक्राइब जरूर कर दिओ।